ਉਹ ਭੇਜਦਾ ਵੀ ਜਾ ਤੇਰੇ ਕਾਰਨ ਨਾ ਆਪਣੀ ਮੌਤ ਹੋ ਗਈ ਮੰਨ ਲਾ ਮੇਰੀ ਹੋ ਗਈ ਮੈਂ ਉੱਥੇ 9 ਮਿੰਟਾਂ 'ਚ ਪਹੁੰਚੂਗਾ ਉੱਥੇ 9 ਮਿੰਟਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਹਿਸਾਬ ਕਿਤਾਬ ਉਹਨਾਂ ਦਾ ਪਹਿਲਾਂ ਲੱਗਿਆ ਹੁੰਦਾ ਲਖਾਰੀ ਦਾ ਉਹ ਲਖਾਰੀ ਦਾ ਮੈਂ ਨਾ ਭੁੱਲਿਆ ਖੜਾ ਜਿਹੜਾ ਕਿ ਆਪਣਾ ਹਿਸਾਬ ਕਿਤਾਬ ਲਿਖਦਾ ਉਹਦੀ ਫਿਰ ਉਹ ਪਤਾ ਕੀ ਉਹਦੀ ਤੁਲਨਾ ਜਦੋਂ ਤੁਲਨਾ ਕਰ ਲੈਂਦੇ ਆ ਨਾ ਵਜਨ ਬਣਾ ਲੈਂਦੇ ਆ ਪਾਪ ਦਾ ਅਤੇ ਪੁੰਨ ਦਾ ਫਿਰ ਉਹਨੂੰ ਕਹਿੰਦੇ ਵੀ ਐ ਕਰ ਭਗਤਾ ਤੂੰ ਇੱਕ ਵਾਰੀ ਵਾਪਸ ਜਾ ਮਰ ਕੇ ਬੰਦਾ ਫਿਰ ਇੱਕ ਵਾਰੀ ਵਾਪਸ ਆਉਂਦਾ ਘਰੇ ਉਹ ਭੇਜਦਾ ਵੀ ਜਾ ਤੇਰੇ ਕਾਰਨਾਮੇ ਜਿਹੜੇ ਕੀਤੇ ਆ ਤੂੰ ਮਗਰ ਵੇਖ ਕੇ ਤੇਰੇ ਮਗਰ ਕੀ ਹੋਈ ਜਾਂਦਾ ਤੈਨੂੰ ਕੋਈ ਰੋਂਦਾ ਵੀ ਜਾਂ ਕੰਜਰ ਦਿਆ ਕਿ ਤੂੰ ਇਹ ਧੱਕਾ ਹੀ ਖਾਂਦਾ ਫਿਰਿਆ ਉੱਥੋਂ ਜਦੋਂ ਆਉਂਦਾ ਨਾ ਉਹ ਆਉਂਦਾ ਜੇ ਤਾਂ ਤੇਰੇ ਘਰੇ ਰੋਂਦੇ ਹੋਏ ਤੇ ਤੂੰ ਨਹੀਂ ਉਤਰ ਸਕਦਾ ਮਤਲਬ ਘਰੇ ਨਹੀਂ ਜਾ ਸਕਦਾ ਉਹਦੇ ਜੇ ਤੇਰੇ ਘਰੇ ਨਾ ਰੋਂਦੇ ਹੋਏ ਤੇ ਫਿਰ ਤੂੰ ਆਪਦੇ ਘਰੇ ਜਾਈ ਅੰਦਰ ਬਾਹਰ ਵੜ ਕੇ ਸਾਰਾ ਵੇਖ ਕੇ ਆਈ ਵੀ ਮੇਰਾ ਕੀ ਹਿਸਾਬ ਸੀ ਮੈਂ ਕੀ ਕੁਛ ਕਰਕੇ ਗਿਆ ਤੈਨੂੰ ਪਤਾ ਲੱਗ ਜੂਗਾ ਠੀਕ ਆ ਉਹ ਜਦੋਂ ਆਉਂਦਾ ਉੱਥੇ ਰੋਜ਼ ਕਰ ਲਾਈ ਜਾਂਦੇ ਹੁੰਦੇ ਆ ਪੈਰ ਉਹਦੇ ਲੱਗਦੇ ਨਹੀਂ ਉਹ ਵਿਚਾਰਾ ਆ ਕੇ ਬਾਹਰ 'ਚ ਬਹਿ ਜਾਂਦਾ ਜਦੋਂ ਬਾਹਰ 'ਚ ਬਹਿ ਜਾਂਦਾ ਫਿਰ ਉਹਦਾ ਭੋਗ ਪਾਉਣਾ ਸ਼ੁਰੂ ਕਰ ਦਿੰਦੇ ਆਪਾਂ ਉਹ 7 ਦਿਨ 'ਚ ਆਪਾਂ ਭੋਗ ਨਾ ਪਾਈਏ ਰਾਹ ਅਤੇ 7 ਦਿਨ ਉਹ ਬਾਹਰ ਦੇ ਵਿੱਚ ਹੀ ਰਹੂਗਾ ਇੱਕ ਕੌਲੇ ਦੇ ਨਾਲ ਬੈਠਾ ਰਹੂਗਾ ਜਾਂਦਾ ਨਹੀਂ ਉਹ ਜਦੋਂ ਤੁਸੀਂ ਉਹਦਾ ਭੋਗ ਪਾਤਾ ਉਦੋਂ ਬਾਅਦ ਫਿਰ ਉਹ ਆਉਣਗੇ ਰੱਬ ਦੇ ਬੰਦੇ ਚੱਕ ਲੈਣਗੇ ਉਹਨੂੰ ਜਦੋਂ ਚੱਕਣਗੇ ਫਿਰ ਤੈਨੂੰ ਟੱਪਣਾ ਪਊਗਾ ਬਿਹਤਰ ਨਦੀ ਇੱਕ ਬਿਹਤਰ ਨਦੀ ਆਉਂਦੀ ਹੈ ਚਾਹੇ ਰੱਬ ਵੀ ਕਿਉਂ ਨਾ ਹੋਵੇ ਤੇ ਉਹਨੂੰ ਵੀ ਬਿਹਤਰ ਨਦੀ ਦੇ ਵਿੱਚੋਂ ਟੱਪਣਾ ਪਊਗਾ ਜਿਹੜੀ ਖੁਦ ਪਰਮਾਤਮਾ ਨੇ ਬਣਾਈ ਹੈ ਉਹਦੇ ਵਿੱਚ ਕੀੜੇ ਪਤੰਗ ਲਹੂ ਲੁਹਾ ਸਭ ਕੁਛ ਉਹਦੇ ਵਿੱਚ ਹੁੰਦਾ ਹਰੇਕ ਤੈਨੂੰ ਜਾਨਵਰ ਮਿਲੂਗਾ ਠੀਕ ਹੈ ਉਹ ਜਦੋਂ ਤੂੰ ਟੱਪੇਗਾ ਨਾ ਜਦੋਂ ਤੂੰ ਜੇ ਮੰਨ ਲਾ ਹੁਣ ਤੂੰ ਆਪਦੀ ਜ਼ਿੰਦਗੀ 'ਚ ਕਿਸੇ ਗਾਂ ਨੂੰ ਪੀੜਾ ਚਾੜਦਾ ਜਾਂ ਟੱਠੇ ਨੂੰ ਪੀੜਾ ਚਾੜਦਾ ਜਾਂ ਕੀੜਿਆਂ ਨੂੰ ਤੂੰ ਮਤਲਬ ਦਾਣੇ ਪਾਤੇ ਤੜਕੇ ਉੱਠ ਕੇ ਉਹ ਜਦੋਂ ਤੈਨੂੰ ਬਿਹਤਰ ਨਦੀ ਦੇ ਵਿੱਚ ਕੀੜੇ ਖਾਣਗੇ ਨਾ ਲਿਜਾਣਗੇ ਤੈਨੂੰ ਉਹਦੇ ਵਿੱਚੋਂ ਉਹਦੀ ਛੇਲੇ ਮਾਰ ਮਾਰ ਕੇ ਉਦੋਂ ਫਿਰ ਤੈਨੂੰ ਉਹ ਜਿਹੜੇ ਜਾਨਵਰਾਂ ਨੂੰ ਤੂੰ ਆਟਾ ਪਾਇਆ ਹੋਊਗਾ ਜਾਂ ਪੀੜਾ ਪਾਇਆ ਹੋਊਗਾ ਉਹ ਤੈਨੂੰ ਉੱਥੋਂ ਬਚਾਉਣਗੇ ਉਹ ਦੂਜੇ ਕੀੜੇ ਖਾਣਗੇ ਉਹ ਤੈਨੂੰ ਬਚਾਉਣਗੇ ਵੀ ਯਾਰ ਇਹਨੇ ਸਾਨੂੰ ਦਾਣਾ ਪਾਇਆ ਸਾਡਾ ਪੁੰਨ ਕੀਤਾ ਸਾਡਾ ਢਿੱਡ ਭਰਿਆ ਇਹਨੇ ਕਹਿੰਗਾ ਫਿਰ ਵੀ ਤੈਨੂੰ ਕੁੱਤਾ ਤੋਈ ਕਰਕੇ ਨਾ ਤੇਰੀ ਗਾਂ ਗਾਂ ਤੇ ਤੈਨੂੰ ਗਾਂ ਲੈ ਕੇ ਜਾਊ ਉਹ ਬਿੱਤ ਨਦੀ ਦੇ ਵਿੱਚੋਂ ਕੋਈ ਚੀਜ਼ ਨਹੀਂ ਕੱਢਦੀ ਗਊ ਮਾਤਾ ਕੱਢ ਕੇ ਲਿਜਾਊ ਗਊ ਮਾਤਾ ਤੇਰੇ ਕੋਲ ਆਊਗੀ ਚਾਹੇ ਤੂੰ ਪਾਪੀ ਹੈ ਚਾਹੇ ਤੂੰ ਧਰਮੀ ਹੈ ਤੈਨੂੰ ਕਿਹੜਾ ਉਹਨੇ ਬਿੱਤ ਨਦੀ 'ਚੋਂ ਬਾਹਰ ਕੱਢ ਦੇਣਾ ਪੂਛ ਲਿਆ ਪੂਛ ਕਰ ਲਊਗੀ ਬਾਹਰ ਕੱਢ ਦੂਗੀ ਤੈਨੂੰ ਅੱਗੇ ਆਊਗੀ ਅਗਨ ਧਰਤੀ ਤਾਂ ਠੰਡੀ ਧਰਤੀ ਆਊਗੀ ਜੇ ਤੂੰ ਬਿੱਤ ਨਦੀ ਪਾਰ ਹੋ ਗਿਆ ਨਾ ਠੰਡੀ ਧਰਤੀ ਹੋ ਠੰਡੀ ਧਰਤੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਤੂੰ ਕੋਈ ਪੁੰਨ ਕੀਤਾ ਨਾ ਤੈਨੂੰ ਉਹ ਪੁੰਨ ਮਤਲਬ ਉਹ ਧਰਤੀ 'ਤੇ ਮਿਲਣਾ ਠੰਡੀ 'ਤੇ ਉੱਥੇ ਰਾਕਸ਼ਾਂ ਦਾ ਪਾਉ ਨਹੀਂ ਪੈਂਦਾ ਅੱਛਾ ਉੱਥੇ ਤੇਰਾ ਜਿੰਨਾ ਤੂੰ ਪੁੰਨਦਾਨ ਕੀਤਾ ਤੈਨੂੰ ਉੱਥੇ ਮਿਲ ਜੂਗਾ ਫਿਰ ਤੂੰ ਚੱਲੇਗਾ ਆ ਜਾ ਹੁਣ ਪਾਪਾਂ ਵਾਲੇ ਪਾਸੇ ਉਸ ਤੋਂ ਅੱਗੇ ਆਊਗੀ ਅਗਨ ਧਰਤੀ ਦੋ ਪ੍ਰਕਾਰ ਦੀਆਂ ਧਰਤੀਆਂ ਹੋਣਗੀਆਂ ਅਗਨ ਧਰਤੀ ਆਊਗੀ ਉੱਥੇ ਤੇਰੇ ਕੋਲ ਪਾਰ ਨਹੀਂ ਹੋਇਆ ਜਾਣਾ ਕਿਉਂਕਿ ਉੱਥੇ ਅੱਗ ਬੜੀ ਹੋਊਗੀ ਅਤੇ ਉਹਨਾਂ ਨੇ ਤੇਰੇ ਸੇਲੇ ਮਾਰੀ ਜਾਣੇ ਆ ਲਾਲਾ ਲਾਲਾ ਕਰੀ ਜਾਏਗਾ ਉਹ ਆਖਣਗੇ ਕਿਉਂ ਹੋਏ ਹੁਣ ਜੇ ਤੂੰ ਰੱਬ ਦਾ ਨਾਂ ਲੈਂਦਾ ਹੈ ਤਾਂ ਉਦੋਂ ਕਿੱਥੇ ਗਿਆ ਸਾ ਰੱਬ ਦਾ ਨਾਂ ਉਹ ਲੈਣ ਨਹੀਂ ਦਿੰਦੇ ਮਾਰਦੇ ਸੇਲਾ ਲੈ ਕੇ ਫਿਰ ਜਾ ਕੇ ਫਿਰ ਉਹਨੂੰ ਕੋਈ ਜਾਣਸਰ ਬਾਡੀ ਨਹੀਂ ਮਿਲਦੀ ਬੰਦੇ ਦੀ ਵੀ ਜਾਣਸਰ ਬਾਡੀ ਮਿਲ ਜਾਂਦੀ ਨਹੀਂ ਉਹ ਉੱਥੇ ਉਹ ਜਮ੍ਹਾਂ ਰੱਖਦਾ ਉਹਦੇ ਸੂਲਾਂ ਦੇ ਹਿਸਾਬ ਨਾਲ ਉਹ ਜੀ ਬਾਡੀ ਦਿੰਦਾ ਜੋ ਜਿਹਨੇ ਕੰਮ ਕੀਤੇ ਹੁੰਦੇ ਸਮਝਿਆ